माननीय प्रधानमंत्री जी नमस्कार मेरा नाम आरुषि ठाकुर है और मैं केंद्रीय विद्यालय बनी ढलाजी जिला चंबा की कक्षा ग्यारहवीं की छात्रा हूँ माननीय मेरा आपसे यह प्रश्न है कि परीक्षा के दौरान जो बात मुझे सबसे ज्यादा परेशान करती है वह यह है कि मैं पढ़ाई कहाँ से शुरू करूँ मुझे हमेशा लगता है कि मैं सब कुछ भूल गई हूँ और मैं इसी के ही बारे में सोचती रहती हूँ जो मुझे काफी तनाव देता है कृपया कर मार्गदर्शन कीजिए धन्यवाद सर धन्यवाद आरुषि माननीय प्रधानमंत्री जी भारत में धान का कटोरा के नाम से प्रसिद्ध राज्य छत्तीसगढ़ की राजधानी है रायपुर रायपुर की अदिति दीवान इसी समस्या पर अपनी मन की जिज्ञासा का समाधान चाहती है अदिति अपना प्रश्न पूछिए माननीय प्रधानमंत्री जी नमस्कार मेरा नाम अदिति दीवान है और मैं कृष्णा पब्लिक स्कूल रायपुर छत्तीसगढ़ में कक्षा बारहवीं की छात्रा हूँ मेरा आपसे यह प्रश्न है कि मैं इस बात को लेकर चिंतित रहती हूँ कि मुझे बहुत कुछ करना है लेकिन अंतिम तक मैं कुछ भी नहीं कर पाती हूं क्योंकि मेरे पास बहुत सारे कार्य होते हैं यदि मैं अपना कोई कार्य समय पर पूरा कर भी लूं तो और ज्यादा परेशान हो जाती हूं क्योंकि फिर अन्य कार्यों को करने में या तो बहुत ज्यादा देर लगा देती हूं या तो उन्हें आगे तक के लिए टाल देती हूं मैं यह जानने के लिए उत्सुक हूं कि मैं अपने सारे काम सही समय पर कैसे पूरे करूं धन्यवाद धन्यवाद अदिति माननीय प्रधानमंत्री जी आरुषि और अदिति अपनी परीक्षा की तैयारी एवं समय के सदुपयोग पर आपका मार्गदर्शन चाहते हैं कृपया उनकी समस्या का समाधान करें माननीय प्रधानमंत्री जी देखो छड़ा मतेहान नहीं उ भी जीवन च, समय के प्रबंधन असंगी जागरूक बना ਮਤਿਆਂ ਤੇ ਨੌਕਰੀ ਤੁਸੇ ਦਿਖਿਆ ਹੋਗਾ ਕੰਮਾਂ ਚ ਚਿਰ ਕੀ ਹੋਈ ਜਾਂਦੀ ਹੈ ਕੰਮਾਂ ਚ ਚਿਰ ਇਸ ਕਰੀ ਹੋਈ ਜਾਂਦਾ ਹੈ ਕਿ ਜੇ ਸਮੇਂ ਪਰ ਉਸਗੀ ਕੀਤਾ ਨਹੀਂ ਜਾਂਦਾ ਤੇ ਕੰਮ ਕਰਨੇ ਦੀ ਕਦੇ ਥਕਾਵਟ ਨਹੀਂ ਹੁੰਦੀ ਕੰਮ ਕਰਨੇ ਕੰਨੇ ਸੰਦੂਖ ਹੁੰਦਾ ਹੈ ਕੰਮ ਨਹੀਂ ਕਰਨੇ ਕਰੀ ਥਕਾਵਟ ਲੱਗਦੀ ਹੈ ਸਾਹਮਣੇ ਲੱਭਦਾ ਹੈ ਭਈ ਇੰਨਾ ਸਾਰਾ ਕੰਮ ਇੰਨਾ ਸਾਰਾ ਕੰਮ ਤੇ ਉਸੇ ਦੀ ਥਕਾਵਟ ਲੱਗਦੀ ਹੈ ਕਰਨਾ ਸ਼ੁਰੂ ਕਰੋ ਦੂਆ ਤੁਸ ਕਦੇ ਕਾਗਜ਼ ਪਰ ਆਪਣਾ ਪੈਨ ਪੈਨਸਲ ਲਈਏ ਡਾਇਰੀ ਪਰ ਲਿਖੋ ਇੱਕ ਹਫਤੇ ਪਰ ਤੁਸ ਨੋਟ ਕਰੋ ਜੇ ਤੁਸ ਆਪਣਾ ਸਮੇਂ ਕਿੱਥੇ ਗੁਜ਼ਾਰਦੇ ਹੋ ਜੇਕਰ ਪੜ੍ਹਾਈ ਵੀ ਕਰਦੇ ਹੋ ਤਾਂ ਕਿੰਨਾ ਸਮੇਂ ਕਿਹੜੇ ਵਿਸ਼ੇ ਕੀ ਦਿੰਦੇ ਹੋ ਤੇ ਉਹਦੇ ਚ ਵੀ ਸ਼ਾਰਟਕਟ ਤੁਪਦੇ ਹੋ ਜਾਂ ਬਰੀਕੀਆਂ ਚ ਜਾਂਦੇ ਹੋ ਬਿਨ ਦ ਆਪਣਾ ਆਕਲਨ ਕਰੋ ਮੈਂ ਪੱਕਾ ਮੰਨਣਾ ਜੇ ਤੁਸੇਂ ਕੀ ਧਿਆਨ ਚਾਹੋ ਕ ਜੇ ਤੁਸ ਜਿਹੜੀ ਤੂੰ ਦੀ ਪਸੰਦ ਦੀਆਂ ਚੀਜ਼ਾਂ ਨੇ ਉਹਦੇ ਚ ਗਏ ਸਭ ਨੇ ਸ਼ਮਮਤੇ ਸਮੇ ਲੈਂਦੇ ਹੋ ਉਸ ਸੱਚ ਖੋਏ ਦੇ ਰਹਿੰਦੀ ਹੋ ਫੀ ਤਰੇ ਵਿਸ਼ੇ ਨੇ ਜਿਹੜੇ ਘਟ ਪਸੰਦ ਨੇ ਫੀ ਵੀ ਜ਼ਰੂਰੀ ਹੈ ਉਹ ਵੀ ਤੁਸੇਂ ਕੀ ਕਚੋਟਣ ਲੱਗਦੇ ਨਾ ਜੇ ਮੈਂ ਦੋਂ-ਦੋਂ ਘੰਟੇ ਮਿਹਨਤ ਕੀਤੀ ਪਰ ਇਹ ਤੇ ਹੋਆ ਨਹੀਂ ਤੇ ਇਸ ਕਰੀਏ ਤੁਸ ਛੜਾ ਪੜਨਾ ਦੋਂ ਘੰਟੇ ਐਸਾ ਨਹੀਂ ਹੈ ਪਰ ਪੜਨੇ ਚ ਵੀ ਜਿਸਲੇ ਤਾਜ਼ਾ ਦਿਮਾਗ ਹੈ ਉਸਲੇ ਜਿਹੜੇ ਸਬਨੇਸ਼ਾ ਘਟ ਪਸੰਦ ਵਿਸ਼ੇ ਨੇ ਤੁਸੇਂ ਕੀ ਸਬਨੇਸ਼ਾ ਮਤਾ ਕਰਠਣ ਲੱਗਦਾ ਹੈ ਤੈ ਕਰੋ ਜੇ ਪਹਿਲੇ 3 ਮਿੰਟਸ ਕੀ ਪੀ ਇੱਕ ਪਸੰਦ ਵਾਲਾ ਵਿਸ਼ਾ ਹੈ 20 ਮਿੰਟਸ ਕੀ ਪੀ ਬਿੰਦ ਕਟ ਪਸੰਦ ਵਿਸ਼ਾ ਹੈ 30 ਮਿੰਟਸ ਕੀ ਤੁਸੀਂ ਐਸਾ ਸਲੇਬ ਬਣਾਓ ਤਾਂ ਤੁਸੇਂ ਕੀ ਆਰਾਮ ਵੀ ਮਿਲੋਗਾ ਤੇ ਤੁਸੇਂ ਕੀ ਬਲਨੇ-ਪਲਨੇ ਓਕੜੇ ਵਿਸ਼ੇਂ ਚ ਦਿਲਚਸਪੀ ਵਧੋਕ ਜਿਹੜੇ ਤੁਸ ਆਮ ਤੌਰ ਉਪਰ ਟਾਲੀ ਦਿੰਦੇ ਹੋ ਤੇ ਖਾਰੇ ਵਿਸ਼ੇ ਚ ਖੋਏ ਦੇ ਰਹਦੇ ਹੋ ਤੇ ਸਮੇ ਵੀ ਹੋਈ ਜਾਂਦਾ ਹੈ ਤੁਸੀਂ ਦਿਖਿਆ ਹੋਊਗਾ ਜੇ ਜਿਹੜੇ ਲੋਕ ਗੁੱਡੀਆਂ ਬੰਧਦੇ ਹੋਗਨ ਮੇਗੀ ਤੇ ਬਚਪਨ ਚ ਬੜਾ ਸ਼ੌਕ ਹਾ ਗੁੱਡੀ ਦੀ ਜਿਹੜੀ ਡੋਰ ਹੁੰਦੀ ਹੈ ਤਾਂ ਗੁੰਦ ਹੈ ਉਹ ਕਦੇ ਇੱਕ ਦੂਏ ਚ ਉਲਝੀ ਜਾਂਦਾ ਹੈ ਤਾਂ ਇੱਕਦਮ ਕੰਨ ਵੱਡਾ ਗੁੰਜਲ ਬਣ ਜਾਂਦਾ ਹੈ ਹੁਣ ਸਮਝਦਾਰ ਮਾਨੂੰ ਕੀ ਕਰੋਗਾ ਉਹ ਇਆਂ ਇਆਂ ਕਰੀਏ ਖਿੱਚੋ ਕਿਆ ਤਾਕਤ ਲਾਗ ਐਸਾ ਨਹੀਂ ਕਰੋਗਾ ਉਹ ਬਲ ਨੇ ਬੱਲੇ ਇੱਕ ਇੱਕ ਤਾ ਗਾ ਫਗੜਨੇ ਦੀ ਕੋਸ਼ਿਸ਼ ਕਰੋਗ ਜੇ ਖੁੱਲਨੇ ਦਾ ਰਸਤਾ ਕਿੱਥੇ ਹੈ ਤੇ ਪੀ ਬੱਲੇ 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 ਖੁਲਗ ਤਾਂ ਇੰਨਾ ਵੱਡਾ ਗੁੰਜਲ ਵੀ ਆਰਾਮ ਕਰਨੇ ਖੁੱਲੀ ਜਾਗ ਤੇ ਸਾਰੀ ਡੋਰ ਸਾਰਾ ਤਾਗਾ ਇੱਕ ਜਨਈ ਲੋੜ ਹੈ ਇਆਂ ਉਹਦੇ ਹੱਥਾਂ ਚ ਆਈ ਜਾਗ ਅਸੇਂ ਕੀ ਵੀ ਉਹਦੇ ਉਪਰ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਹੈ ਆਰਾਮ ਕਰਨਿਆ ਲੱਕੜਨਾ ਤੇ ਜੇਕਰ ਆਰਾਮ ਕਰਨਿਆ ਲੱਕੜਗੇ ਤਾਂ ਮੇਗੀ ਪੱਕਾ ਵਿਸ਼ਵਾਸ ਹੈ ਜੇ ਤੁਸ ਉਸ ਦੀ ਬੜੇ ਟੰਗਾਂ ਕੰਨੇ ਕਰਕੇ ਦੂਆ ਤੁਸੀਂ ਕਦੇ ਘਰ 'ਚ ਆਪਣੀ ਮਾਤਾਵਾਂ ਦੇ ਕੰਮਾਂ ਦੀ ਬਰੀਕੀ ਕੰਨੇ ਦਿਖਿਆ ਕਿਆ ਇੰਨਾਂ ਤੇ ਤੁਸੀਂ ਕੀ ਖਰਾ ਲੱਗਦਾ ਹੈ ਜੇ ਜੀਆਂ ਗਾ ਸਕੂਲਾ ਕਾ ਰਾਇ ਮਾਤਾਵਰੇ ਸਭ ਤਿਆਰ ਰੱਖੇ ਦਾ ਬਡਲੈ ਸਕੂਲ ਜਾਣਾ ਹ ਤਾਂ ਮਾਤਾਵਰੇ ਸਾਰਾ ਕਸ਼ ਕੰਮ ਕਰੀਏ ਰੱਖੇ ਦਾ ਲੱਗਦਾ ਤੇ ਬੜਾ ਸ਼ੈਲ ਹੈ ਪਰ ਕਿਆ ਕਦੇ ਬਰੀਕੀ ਕੰਨੇ ਦਿਖਿਆ ਜੇ ਮਾਤਾਵਾਂ ਦਾ ਸਮੇਂ ਪ੍ਰਬੰਧਨ ਕਿੰਨਾ ਵਧੀਆ ਹੈ ਉਹਨੇ ਕਿ ਪਤਾ ਹੈ ਬਟਲੇ ਏ ਤਾਂ ਮੇਗੀ 6 ਵਜੇ ਕਰਨਾ ਪਾਊਗਾ 6:30 ਵਜੇ ਇਹ ਕਰਨਾ ਪਾਊਗਾ ਉਸਨੇ 9 ਵਜੇ ਜਾਣਾ ਤਾਂ ਇਹ ਕਰਨਾ ਪਾਊਗਾ ਉਹ 10 ਵਜੇ ਘਰ ਰਾਉਕ ਤਾਂ ਇਹ ਕਰਨਾ ਪਾਊਗਾ ਯਾਨੀ ਇੰਨਾ ਬਦਿਆ ਸਮੇਂ ਪ੍ਰਬੰਧਨ ਮਾਤਾ ਹੁੰਦਾ ਤੇ ਜਿਸਲੇ ਵੀ ਕੰਮ ਸਭਨੇਸ਼ਾ ਮਾਤਾ ਹੁੰਦਾ ਮਾਤਾ ਕਰਦੀ ਰਹਿੰਦੀ ਹੈ ਪਰ ਕੁਸੇ ਕੰਮਾਂ ਚ ਉਸਗੀ ਬੋਝ ਨਹੀਂ ਲੱਗਦਾ ਥੱਕੀ ਗਈ ਬੜਾ ਕੰਮ ਹੈ ਬੜਾ ਮਤ ਹੈ ਐਸਾ ਨਹੀਂ ਕਰਦੀ ਕਿ ਉਸੇ ਪਤਾ ਹੈ ਜੇ ਮੈਂ ਇੰਨੇ ਘੰਟੇ ਚ ਇਹ ਇਹ ਤੇ ਕਰਨਾ ਹੈ ਤੇ ਜਿਹੜਾ ਬਾਦੂ ਸਮੇਤ ਹੁੰਦਾ ਹੈ ਤਾਂ ਵੀ ਉਹ ਚੁੱਪ ਨਹੀਂ ਰਹਿੰਦੀ ਕਿਸ਼ਨਾ ਕਿਸ਼ ਰਚਨਾਤਮਕ ਕੰਮ ਉਹ ਕਰਦੀ ਰਹਿੰਦੀ ਹੈ ਸੂਈ ਤਾਂ ਗੱਲ ਇਹ ਬੇ ਜਾਗ ਕਿਸ਼ ਤੇ ਕਰਦੀ ਰਹੋਗ ਜੇਕਰ ਮਾਤਾ ਦੀ ਗਤੀਵਿਧੀ ਕੀ ਟੰਗਾ ਕਨੇ ਦਿਖਗੇ ਤਾਂ ਤੁਸੀਂ ਕੀ ਇੱਕ ਵਿਦਿਆਰਥੀ ਹੋਣੇ ਦੇ ਨਾਤੇ ਤੋਂ ਵੀ ਆਪਕੋ ਐਜ਼ ਅ ਸਟੂਡੈਂਟ ਆਪਣੇ ਸਮੇਂ ਦੇ ਪ੍ਰਬੰਧਨ ਦਾ ਮਤਵ ਕੀ ਹੁੰਦਾ ਹੈ ਤੇ ਸਮੇਂ ਦਾ ਪ੍ਰਬੰਧਨ ਮਤਲਬ 2 ਘੰਟੇ 4 ਘੰਟੇ ਉਹ 3 ਘੰਟੇ ਇਹ ਨਹੀਂ ਮਾਈਕਰੋ ਮੈਨੇਜਮੈਂਟ ਲੋਡ ਚ ਦੀ ਗਿਆ ਕਿਹੜੇ ਵਿਸ਼ੇ ਕੀ ਕਿੰਨਾ ਸਮਾਂ ਦੇਣਾ ਹੈ ਕਿਹੜੇ ਕੰਮ ਕੀ ਕਿੰਨਾ ਸਮਾਂ ਦੇਣਾ ਤੇ ਇੰਨੇ ਬੰਧਨ ਵੀ ਨਹੀਂ ਪਾਨੇ ਨਾ ਜੇ ਬਸ 6 ਦਿਨੇ ਤੱਕ ਅਰ ਇੱਕ ਅਰਗਾ ਗਿਆ ਨਹੀਂ ਕਿ ਜੇ ਮੈਂ ਪੜਨਾ ਹੈ ਪੀਤੇ ਤੂੰ ਥੱਕੀ ਜਾਗੇ ਤੂੰ ਟੰਗ ਹੈ ਸਿਰ ਉਸ ਗਿੱਬੰਡੋ ਸਮੇਂ ਕੀ ਪੱਕ ਗਏ ਤੁਸੀਂ ਕੀ ਲਾਓਗੇ ਧੰਨਵਾਦ